ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ। ਕੋਰੋਨਾ ਮਹਾਮਾਰੀ ਦੇ ਵਧਦੇ ਹੋਏ ਮਾਮਲਿਆਂ ਨੂੰ ਲੈ ਕੇ ਸੂਬੇ ਭਰ ਦੇ ਵਿੱਚ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ, ਅਤੇ ਹੁਣ ਜਿਵੇਂ ਕੋਰੋਨਾ ਮਾਮਲਿਆਂ ਦੀ ਰਫ਼ਤਾਰ ਜਿਹੜੀ ਹੈ ਘਟਦੀ ਜਾ ਰਹੀ ਹੈ, ਮਾਮਲੇ ਜਿਹੜੇ ਘਟਦੇ ਜਾ ਰਹੇ ਨੇ, ਅਤੇ ਹੁਣ ਜਿਹੜੀਆਂ ਛੋਟਾਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਨੇ, ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ ਵੱਖ ਰਿਆਇਤਾਂ ਜਿਹੜੀਆਂ ਨੇ ਦੇਣੀਆਂ ਸ਼ੁਰੂ ਹੋ ਚੁੱਕੇ ਨੇ। ਔਰ ਜੇਕਰ ਗੱਲ ਕੀਤੀ ਜਾਵੇ ਦੁਕਾਨਦਾਰਾਂ ਦੀ, ਤਾਂ ਦੁਕਾਨਦਾਰ ਇਹਨਾਂ ਪਾਬੰਦੀਆਂ ਦੇ ਕਾਫ਼ੀ ਪਰੇਸ਼ਾਨ ਲੱਗ ਰਹੇ ਸਨ, ਜ਼ੋਰਦਾਰ ਪ੍ਰਦਰਸ਼ਨ ਵੀ ਹੋਏ ਸਨ। ਲਗਾਤਾਰ ਜਿਹੜਾ ਕਿਹਾ ਜਾ ਰਿਹਾ ਸੀ ਕਿ ਕੰਮ ਨਹੀਂ ਚੱਲ ਰਹੇ, ਘਰ ਬੈਠਾ ਨਹੀਂ ਜਾ ਰਿਹਾ, ਦੁਕਾਨਾਂ ਖੁਲਵਾਈਆਂ ਜਾਣ, ਪ੍ਰਦਰਸ਼ਨ ਲਗਾਤਾਰ ਪਿਛਲੇ ਮਹੀਨੇ ਸੂਬੇ ਭਰ ਦੇ ਵਿੱਚ ਦਿਖਾਈ ਦਿੱਤੇ। ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਸਥਿਤੀ ਕਾਫ਼ੀ ਤਣਾਅਪੂਰਨ ਬਣ ਗਈ ਸੀ। ਦੁਕਾਨਦਾਰ ਕਾਫ਼ੀ ਸੜਕਾਂ 'ਤੇ ਉਤਰ ਕੇ ਹੰਗਾਮਾ ਕਰ ਰਹੇ ਸਨ, ਦੁਕਾਨਾਂ ਨੂੰ ਖੋਲ੍ਹਣ ਦੀ ਜ਼ਿੱਦ ਕੀਤੀ ਜਾ ਰਹੀ ਸੀ। ਅਤੇ ਲੁਧਿਆਣਾ ਨੂੰ ਲੈ ਕੇ ਵੱਡਾ ਅਪਡੇਟ ਜਿਹੜਾ ਸਾਹਮਣੇ ਆਇਆ, ਪਾਬੰਦੀਆਂ ਜਿਹੜੀਆਂ ਨੇ ਘਟਾ ਦਿੱਤੀਆਂ ਗਈਆਂ ਨੇ। ਪਾਬੰਦੀਆਂ ਦਾ ਤੁਹਾਨੂੰ ਦੱਸ ਦਈਏ ਕਿ ਦੁਕਾਨਾਂ ਖੁੱਲ੍ਹਣ ਦਾ ਸਮਾਂ ਜਿਹੜਾ ਬਦਲ ਦਿੱਤਾ ਹੈ, ਪਾਬੰਦੀਆਂ ਜਿਹੜੀਆਂ ਘਟਾਈਆਂ ਗਈਆਂ ਨੇ ਉਸ ਦੇ ਮੁਤਾਬਿਕ ਤੁਹਾਨੂੰ ਦੱਸਦੇ ਹਾਂ। ਜਿਹੜੀਆਂ ਦੁਕਾਨਾਂ ਨੇ, ਦਫ਼ਤਰ ਨੇ, ਉਹ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ, ਸੋਮਵਾਰ ਤੋਂ ਸ਼ੁੱਕਰਵਾਰ ਤੱਕ ਖੁੱਲ੍ਹੇ ਰਹਿ ਸਕਦੇ ਨੇ। ਇਹ ਸਮਾਂ ਜਿਹੜਾ ਬਦਲਾਵ ਕੀਤਾ ਗਿਆ, ਪਹਿਲੇ ਸਮਾਂ ਸੀ ਕਿ ਜਿਹੜੀਆਂ ਦੁਕਾਨਾਂ ਸਨ ਸਵੇਰੇ 5 ਵਜੇ ਤੋਂ ਲੈ ਕੇ 12 ਵਜੇ ਤੱਕ ਖੁੱਲ੍ਹਣਗੀਆਂ, ਫਿਰ 1 ਘੰਟਾ ਹੋਰ ਵਧਾ ਦਿੱਤਾ ਗਿਆ। ਅਤੇ ਹੁਣ ਜਿਹੜਾ ਨਵੀਆਂ ਪਾਬੰਦੀਆਂ ਦੇ ਵਿੱਚ ਛੋਟ ਦਿੱਤੀ ਗਈ ਹੈ, ਹੁਣ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਦੁਕਾਨਾਂ ਜਿਹੜੀਆਂ ਨੇ ਦੁਕਾਨਦਾਰ ਖੁੱਲ੍ਹੀਆਂ ਰੱਖ ਸਕਦੇ ਨੇ। ਹੋਮ ਡਿਲੀਵਰੀ ਦੀ ਜੇਕਰ ਗੱਲ ਕੀਤੀ ਜਾਵੇ, ਹੋਮ ਡਿਲੀਵਰੀ ਜਿਹੜੇ ਖਾਣ ਦਾ ਸਮਾਨ ਹੈ ਉਹਦੀ ਹੋਮ ਡਿਲੀਵਰੀ ਜਿਹੜੀ ਹੈ 7 ਦਿਨ ਲਗਾਤਾਰ ਹੋ ਸਕਦੀ ਹੈ, ਰਾਤ ਦੇ 9 ਵਜੇ ਤੱਕ। ਵੀਕਐਂਡ ਕਰਫਿਊ ਨੂੰ ਵੀ ਹੋਮ ਡਿਲੀਵਰੀ ਹੋ ਸਕਦੀ ਹੈ ਖਾਣ ਵਾਲੀ ਚੀਜ਼ਾਂ ਦੀ। ਵੀਕਐਂਡ ਜਿਹੜਾ ਕਰਫਿਊ ਹੈ, ਉਸ ਦਿਨ ਜਿਹੜੀਆਂ ਖਾਣ ਪੀਣ ਵਾਲੀਆਂ ਦੁਕਾਨਾਂ ਨੇ ਉਹ ਬੰਦ ਰਹਿਣਗੀਆਂ, ਪਰ ਜਿਹੜੀ ਹੋਮ ਡਿਲੀਵਰੀ ਹੈ ਉਹ ਚੱਲਦੀ ਰਹੇਗੀ, ਉਹ ਵੀ ਰਾਤ ਦੇ 9 ਵਜੇ ਤੱਕ। ਜੇਕਰ ਗੱਲ ਕੀਤੀ ਜਾਵੇ ਕੋਰੀਅਰ ਸਰਵਿਸ ਦੀ, ਪੋਸਟਲ ਸਰਵਿਸ ਦੀ, ਤਾਂ ਇਹ ਜਾਰੀ ਰਹਿਣਗੀਆਂ 9 ਵਜੇ ਤੱਕ 7 ਦਿਨ। ਜੇਕਰ ਕੋਈ ਵਿਅਕਤੀ ਜਾਂ ਕੋਈ ਇੰਪਲੋਈ ਡਿਲੀਵਰੀ ਕਰਨ ਦੇ ਲਈ ਜੇਕਰ ਉਸਨੇ ਜ਼ਰੂਰੀ ਕੰਮ 'ਤੇ ਜਾਣਾ, ਤਾਂ ਉਸ ਕੋਲ ਕਰਫਿਊ ਪਾਸ ਹੋਣਾ ਚਾਹੀਦਾ, ਵੈਲਿਡ ਪਾਸ ਹੋਣਾ ਚਾਹੀਦਾ। ਅਤੇ ਵੀਕਐਂਡ ਕਰਫਿਊ ਯਾਨੀ ਕਿ ਸ਼ਨੀਵਾਰ ਅਤੇ ਐਤਵਾਰ ਇਸੇ ਤਰ੍ਹਾਂ ਜਾਰੀ ਰਹੇਗਾ। ਲੁਧਿਆਣਾ ਵਾਸੀਆਂ ਦੇ ਲਈ ਵੱਡਾ ਐਲਾਨ ਕੀਤਾ ਗਿਆ, ਰਾਇਤਾਂ ਦਿੱਤੀਆਂ ਗਈਆਂ ਨੇ, ਪਾਬੰਦੀ ਦੇ ਵਿੱਚ ਛੋਟ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਹੁਣ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਦਫ਼ਤਰ ਜਿਹੜੇ ਨੇ ਖੁੱਲ੍ਹ ਸਕਦੇ ਨੇ, ਦੁਕਾਨਾਂ ਖੁੱਲ੍ਹ ਸਕਦੀਆਂ ਨੇ, ਨਿੱਜੀ ਜਿਹੜੇ ਦਫ਼ਤਰ ਨੇ, ਨਿੱਜੀ ਅਦਾਰੇ ਨੇ ਉਹ ਖੁੱਲ੍ਹੇ ਰਹਿ ਸਕਦੇ ਨੇ। ਰੈਸਟੋਰੈਂਟ ਦੀ ਗੱਲ ਕੀਤੀ ਜਾਵੇ, ਕੈਫੇ, ਕੌਫੀ ਦੀਆਂ ਦੁਕਾਨਾਂ, ਫਾਸਟ ਫੂਡ ਆਊਟਲੈਟ, ਢਾਬਾ, ਬੇਕਰੀ, ਹਲਵਾਈ ਵਗੈਰਾ ਜਾਂ ਖਾਣ ਪੀਣ ਵਾਲੀਆਂ ਜਿਹੜੀਆਂ ਦੁਕਾਨਾਂ ਨੇ ਉਹਨਾਂ 'ਤੇ ਲੋਕਾਂ ਦੇ ਯਾਨੀ ਕਿ ਗ੍ਰਾਹਕਾਂ ਦੇ ਬੈਠਣ ਦੀ ਮਨਾਹੀ ਹੋਵੇਗੀ। ਖਰੀਦ ਕੇ ਸਮਾਨ ਲੈ ਕੇ ਜਾਣ ਦੀ ਆਗਿਆ ਕੇਵਲ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਹੀ ਹੋਵੇਗੀ। ਪੱਕੇ ਹੋਏ ਭੋਜਨ ਦੀ ਹੋਮ ਡਿਲੀਵਰੀ ਰਾਤ ਦੇ 9 ਵਜੇ ਤੱਕ ਹਫ਼ਤੇ ਦੇ 7 ਦਿਨ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪੋਸਟਲ ਸਰਵਿਸ, ਕੋਰੀਅਰ ਸਰਵਿਸ ਜਿਹੜੀਆਂ ਖੁੱਲ੍ਹੀਆਂ ਰਹਿਣਗੀਆਂ। ਈ ਕਮਰਸ ਕੰਪਨੀਆਂ, ਕੋਰੀਅਰ ਕੰਪਨੀਆਂ ਡਾਕ ਵਿਭਾਗ ਨੂੰ 9 ਵਜੇ, ਰਾਤ ਦੇ 9 ਵਜੇ ਤੱਕ ਹਫ਼ਤੇ ਦੇ 7 ਦਿਨ ਇਜਾਜ਼ਤ ਦਿੱਤੀ ਗਈ ਹੈ ਕਿ ਉਹ ਹੋਮ ਡਿਲੀਵਰੀ ਕਰ ਸਕਣ।